Yeah.
ਸਾਡੇ ਆਪਣੇ ਭਾਵ ਹੈ ਕਹਿੰਦੇ ਨੇ ਹਰੀ ਨਾਮ ਦਾ ਗਿੱਧਾ ਕੀ ਪੁੱਠਾ ਕੀ ਸਿੱਧਾ ਹੈ ਲੇਕਿਨ ਇਹ ਗਲਤ ਹੈ ਕੁਛ ਵੀ ਹੈ ਵਿਧੀ ਸੇ ਕਰਨਾ ਚਾਹੀਦਾ ਤਭੀ ਉਸਦਾ ਲਾਭ ਹੈ ਕਹਿੰਦੇ ਰਾਧੇ ਰਾਧੇ ਜਪੋ ਕ੍ਰਿਸ਼ਨ ਕ੍ਰਿਸ਼ਨ ਜਪੋ ਰਾਮ ਨਾਮ ਜਪੋ ਸਭ ਦਾ ਲਾਭ ਤਾਂ ਹੈ ਲੇਕਿਨ ਜ਼ਿਆਦਾ ਕਿਸਮੇਂ ਅਬ ਹਮ ਅਗਰ ਬਿਜ਼ਨਸ ਵੀ ਕਰਦੇ ਹੈ ਹਮ ਪਹਿਲੇ ਦੇਖਦੇ ਹੈ ਲਾਭ ਕਿਸਮੇਂ ਜ਼ਿਆਦਾ ਹੈ ਉਸੀ ਕੋ ਕਰੇਂਗੇ ਇਸੀ ਪ੍ਰਕਾਰ 1000 ਨਾਮ ਰਾਮ ਰਾਮ ਕਹਿਣੇ ਸੇ ਏਕ ਕ੍ਰਿਸ਼ਨ ਨਾਮ ਕਹਿਣੇ ਸੇ ਉਤਨਾ ਹੀ ਲਾਭ ਹੈ ਉਸੀ ਪ੍ਰਕਾਰ ਏਕ ਵਾਰ ਰਾਧਾ ਰਾਧਾ ਕਹਿਣੇ ਸੇ 1000 ਕ੍ਰਿਸ਼ਨ ਨਾਮ ਦਾ ਫਲ ਮਿਲਦਾ ਹੈ ਤੋ ਇਸ ਲਈ ਕਹਿੰਦੇ ਹੈ ਕ੍ਰਿਸ਼ਨਾ ਕ੍ਰਿਸ਼ਨਾ ਭਜਿਤੇ ਬੰਦੇ ਕ੍ਰਿਸ਼ਨ ਭਗਤਿ ਮਿਲ ਜਾਵੇ ਕ੍ਰਿਸ਼ਨਾ ਕ੍ਰਿਸ਼ਨਾ ਭਜਿਤੇ ਬੰਦੇ ਕ੍ਰਿਸ਼ਨ ਭਗਤਿ ਮਿਲ ਜਾਏ ਕਹਿੰਦੇ ਰਾਧੇ ਰਾਧੇ ਭਜਦੇ ਬੰਦੇ ਸਿਵ ਕ੍ਰਿਸ਼ਨਾ ਮਿਲ ਜਾਏ ਰਾਧਾ ਨਾਮ ਭਜਨੇ ਦਾ ਇਤਨਾ ਲਾਭ ਹੈ ਕ੍ਰਿਸ਼ਨ ਭਜਨੇ ਸੇ ਤੋ ਕ੍ਰਿਸ਼ਨ ਦੀ ਭਗਤਿ ਮਿਲੇਗੀ ਰਾਧਾ ਭਜਨੇ ਸੇ ਸਿਵ ਕ੍ਰਿਸ਼ਨਾ ਮਿਲ ਜਾਏਗੀ ਔਰ ਹਮੇ ਕਿਆ ਚਾਹੀਏ ਯਹੀ ਤਾਂ ਹਮਾਰਾ ਲਕਸ਼ਯ ਹੈ ਤੋ ਰਾਧਾ ਵਾਲਾ ਆਇਆ ਹੈ ਤੋ ਇਸਕਾ ਮੂਲ ਆਪਕੋ ਅਰਥ ਹੀ ਬਤਾ ਲਓ ਔਰ ਹਰੇ ਕ੍ਰਿਸ਼ਨਾ ਹਰੇ ਰਾਮ ਸੀਤਾ ਰਾਮ ਉਨ ਸਭ ਕੇ ਸੇ ਜ਼ਿਆਦਾ ਜੋ ਲਾਭ ਹੈ ਰਾਧਾ ਰਾਧਾ ਕਹਿਣੇ ਸੇ ਅਭੀ ਪ੍ਰਭੂ ਜੀ ਨੇ ਬਤਾਇਆ ਬਹੁਤ ਹੀ ਸੁੰਦਰ ਕੋਈ ਨਾ ਮੇਰੇ ਨੇ ਬੋਲਾ ਅਭੀ ਕੋ ਵਿਸ਼ਰਾਮ ਦੇਗੇ ਜਿਤਨਾ ਮਰਜ਼ੀ ਬੀਚ ਮੇ ਰਾਤ ਹਮਾਰੀ ਹੈ ਲੇਕਿਨ ਸਮੇਂ ਕੀ ਜੋ ਹੈ ਅਭਾਵ ਰਹਿੰਦਾ ਹੈ ਇਸ ਲਈ ਅਸੀਂ ਉਹ ਵਿਸ਼ਰਾਮ ਦੇਗੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ